ਸਕੂਟੀ ਸਿੱਖ ਦੀ ਮਹਿਲਾ ਡਿੱਗੀ ਨਹਿਰ 'ਚ, ਸਿੱਖ ਦੇ ਸਮੇਂ ਵਾਪਰਿਆ ਵੱਡਾ ਹਾਦਸਾ। ਵੇਖੋ ਕੀ ਬਣਿਆ ਮਹਿਲਾ ਨਾਲ। ਤਾਂ ਦੱਸ ਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਨਹਿਰ ਕੰਢੇ ਸਕੂਟੀ ਸਿੱਖ ਦੀ ਇੱਕ ਮਹਿਲਾ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ। ਜਾਣਕਾਰੀ ਮੁਤਾਬਿਕ ਇਸ ਮਹਿਲਾ ਦਾ ਮੁੰਡਾ ਬਾਹਰ ਰਹਿੰਦਾ ਅਤੇ ਕੁੜੀ ਨੇ ਵੀ ਹੁਣ ਬਾਹਰ ਜਾਣਾ ਅਤੇ ਇਹਨਾਂ ਦੇ ਜਾਣ ਪਿੱਛੋਂ ਇਹ ਮਹਿਲਾ ਇਕੱਲੀ ਰਹਿ ਜਾਵੇਗੀ ਅਤੇ ਇਸ ਲਈ ਇਸਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਇਸਦੇ ਵੱਲੋਂ ਹੁਣ ਸਕੂਟੀ ਸਿੱਖੀ ਜਾ ਰਹੀ ਸੀ। ਤਾਂ ਸਿੱਖਦੇ ਸਮੇਂ ਜਦ ਇਹ ਨਹਿਰ ਦੇ ਕੰਢੇ ਪਹੁੰਚਦੀ ਹੈ ਤਾਂ ਉਸ ਸਮੇਂ ਸਕੂਟੀ ਦਾ ਸੰਤੁਲਨ ਵਿਗੜਦਾ ਅਤੇ ਮਹਿਲਾ ਸਕੂਟੀ ਸਮੇਤ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਗੋਤਾਖੋਰ ਵੀ ਪਹੁੰਚੇ ਨੇ। ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਹਾਲ ਇਸ ਸਕੂਟੀ ਦਾ ਹੋਇਆ ਤਾਂ ਵੱਡਾ ਨੁਕਸਾਨ ਹੋ ਜਾਂਦਾ। ਤਾਂ ਕੜੀ ਮੁਸ਼ਕਤ ਦੇ ਨਾਲ ਇਸ ਸਕੂਟੀ ਨੂੰ ਵੀ ਬਾਹਰ ਕੱਢਿਆ ਜਾਂਦਾ। ਤਾਂ ਤੁਹਾਨੂੰ ਦੱਸ ਦਈਏ ਕਿ ਜਦ ਮਹਿਲਾ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਮੌਕੇ 'ਤੇ ਲੋਕ ਇਕੱਠੇ ਹੋ ਜਾਂਦੇ ਨੇ। ਤਾਂ ਤੁਰੰਤ ਲੋਕਾਂ ਦੇ ਵੱਲੋਂ ਇਸ ਮਹਿਲਾ ਨੂੰ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਦੱਸ ਦਈਏ ਕਿ ਹਾਦਸਾ ਕਰਨਾਲ ਦੇ ਵਿੱਚ ਹੋਇਆ ਜਿੱਥੇ ਸਕੂਟੀ ਸਿੱਖਦੇ ਹੋਏ ਮਹਿਲਾ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ। ਤਾਂ ਨਹਿਰ ਦੇ ਕੰਢੇ ਇਸਦੇ ਵੱਲੋਂ ਸਕੂਟੀ ਚਲਾਈ ਜਾ ਰਹੀ ਸੀ, ਜਿਸ ਦੌਰਾਨ ਸਕੂਟੀ ਦਾ ਸੰਤੁਲਨ ਵਿਗੜਦਾ ਹੈ ਅਤੇ ਇਹ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ, ਜਿਸ ਕਾਰਨ ਮਹਿਲਾ ਨੂੰ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਅਤੇ ਫਿਰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪ੍ਰਗਟ ਸਿੰਘ ਪਿਛਲੇ 24 ਸਾਲੋਂ ਸੇ ਇਨਸਾਨੀਅਤ ਕੀ ਫ੍ਰੀ ਆਫ ਕੋਸਟ ਸੇਵਾ ਕਰਤੀ ਆ ਰਹੀ ਔਰ ਆਜ ਵੀ ਪਹਿਲੇ ਹਮ ਕੁਰੂਕਸ਼ੇਤਰ ਮੇਂ ਸਰਚ ਕੀਆ ਥਾ, ਰੁਦਰਪੁਰ ਕਾ ਇੱਕ ਲੜਕਾ ਥਾ ਵੋ ਡੁੱਬ ਗਿਆ ਥਾ, ਤੋ ਉਸਕੀ ਸੇਵਾ ਕਰਨੇ ਕੇ ਬਾਅਦ ਡਬਰੀ ਗਾਉਂ ਸੇ ਭਾਜੀ ਕਾ ਫੋਨ ਗਿਆ ਥਾ ਕਿ ਹਮਾਰਾ ਕੱਲ ਜੋ ਇੱਕ ਮਹਿਲਾ ਥੀ ਕੁਲਵੰਤ ਕੌਰ ਜੀ, ਵੋ ਐਕਟਿਵਾ ਨਹਿਰ ਕਿਨਾਰੇ ਸਿੱਖਣੇ ਕੀ ਕੋਸ਼ਿਸ਼ ਕਰ ਰਹੇ ਥੇ, ਲੇਕਿਨ ਉਨਕਾ ਬੈਲੈਂਸ ਵਿਗੜ ਗਿਆ ਔਰ ਇੱਕਦਮ ਰੇਸ ਇਸ ਕਦਰ ਜ਼ਿਆਦਾ ਵੱਧ ਗਈ ਕਿ ਉਹ ਐਕਟਿਵਾ ਸਹਿਤ ਨਹਿਰ ਕੇ ਅੰਦਰ ਗਿਰ ਗਏ ਥੇ। ਤੋ ਸ਼ੁਕਰ ਹੈ ਪਰਮਾਤਮਾ ਕਾ ਕਿ ਉਨ੍ਹੀਂ ਕੇ ਪਰਿਵਾਰਿਕ ਮੈਂਬਰ ਥੇ ਜੋ ਛੱਤ ਸੇ ਉਨਕੋ ਦੇਖ ਰਹੇ ਥੇ ਔਰ ਵੋ ਤੁਰੰਤ 3.5-3 ਕਿਲੋ ਉਨ੍ਹੋਂਨੇ ਭਾਗੇ ਭਾਗਨੇ ਕੇ ਬਾਅਦ ਕੁਲਵੰਤ ਕੌਰ ਜੀ ਕੋ ਤੋ ਜਿੰਦਾ ਨਿਕਾਲ ਲਿਆ, ਜਿਨਕੀ ਹਾਲਤ ਅਭੀ ਵੀ ਕਾਫੀ ਨਾਜ਼ੁਕ ਹੈ। ਔਰ ਆਜ ਭਾਈ ਸਾਹਿਬ ਨੇ ਬਤਾਇਆ ਕਿ ਡਾਕਟਰ ਨੇ ਕਿਹਾ ਕਿ ਅਬ ਕੁਛ ਪਾਣੀ ਕੇ ਅੰਦਰ ਸੇ ਕਮ ਹੁਆ ਹੈ ਔਰ ਥੋੜ੍ਹਾ ਹੋਸ਼ ਮੇਂ ਸ਼ਾਮ ਤੱਕ ਵੋ ਆ ਸਕਤੀ ਹੈ, ਲੇਕਿਨ ਜੋ ਉਨਕੀ ਐਕਟਿਵਾ ਥੀ ਉਸਕੀ ਸਰਚ ਕੇ ਲਈ ਅੱਜ ਹਮਾਰੀ ਟੀਮ ਯਹਾਂ ਪਰ ਪਹੁੰਚੀ ਹੈ ਔਰ ਅਗਲੇ 5-10 ਮਿੰਟ ਮੇਂ ਆਪਣਾ ਜੋ ਐਕਟਿਵਾ ਹੈ ਹਮ ਨਿਕਾਲ ਕੇ ਪਰਿਵਾਰ ਕੇ ਹਵਾਲੇ ਕਰਕੇ ਆਪਣੀ ਸੇਵਾ ਕਰੇਂਗੇ। ਲੇਕਿਨ ਯਹਾਂ ਬੜੀ ਬਾਤ ਸਿਰਫ ਯਹੀ ਮੈਸੇਜ ਰਹੇਗਾ ਕਿ ਮੀਡੀਆ ਕੇ ਮਾਧਿਅਮ ਸੇ ਕਿ ਆਪ ਜਿਤਨੇ ਵੀ ਬੈਨ ਬਾਈ ਹੋ, ਗਾਓ ਸੇ ਹੋ, ਡੇਰੇ ਸੇ, ਕੋਈ ਵੀ ਹੈ, ਨਹਿਰ ਕਿਨਾਰੇ ਟਰੈਕਟਰ, ਕਾਰ, ਐਕਟਿਵਾ, ਐਸੀ ਚੀਜ਼ਾਂ ਸਿੱਖਣੇ ਕਾ ਪ੍ਰਯਾਸ ਨਾ ਕਰੇ, ਖਾਲੀ ਖੇਤੋਂ ਮੇਂ ਐਸਾ ਪ੍ਰਯਾਸ ਕਰੇ। ਯਹੀ ਆਜ ਕੀ ਘਟਨਾ ਹੈ ਔਰ ਯਹੀ ਭਵਿਸ਼ਯ ਕੇਂਦਰ ਇੱਕ ਸ਼ਿਕਸ਼ਾ। ਕਿਆ ਉਮਰ ਹੈ ਕੁਲਵੰਤ ਜੀ? ਇਹ ਉਮਰ 40 ਸਾਲ ਕੇ ਆਸ ਪਾਸ ਕੁਛ ਬਤਾ ਰਹੇ। ਐਸਾ ਹੈ ਜੀ, ਮੈਂ ਤੋ ਰਿਸ਼ਤੇਦਾਰ ਹੂੰ ਜੀ, ਮੇਰੇ ਮਾਮਾ ਜੀ ਕੀ ਲੜਕੇ ਕੀ ਬਹੂ ਹੈ ਜੀ। ਤੋ ਯੇ ਐਕਟਿਵਾ ਸੀਖ ਰਹੇ ਥੇ, ਇਧਰ ਸੇ ਦੇਖਣਾ ਯੇ ਰਸਤਾ ਹੈ ਜੀ, ਇਧਰ ਸੇ ਐਕਟਿਵਾ ਸੀਖ ਰਹੇ ਥੇ, ਤੋ ਅਚਾਨਕ ਉਨਕਾ ਰੇਸ ਜ਼ਿਆਦਾ ਹੋ ਗਿਆ ਜਾਂ ਕਿਆ ਕਾਰਨ ਬਣਾ ਹੈ, ਬਿਲਕੁਲ, ਤੋ ਉਹ ਸਿੱਧਾ ਐਕਟਿਵਾ ਆ ਕੇ ਜੀ ਇਧਰ ਅੰਦਰ ਚਲੀ ਗਈ ਹੈ, ਸਿੱਧਾ ਪਿੱਛੇ ਨਹਿਰ ਹੈ, ਪਿੱਛੇ ਨਹਿਰ ਅੰਦਰ ਚਲੀ ਗਈ ਹੈ। तो उसके बाद अस्पताल में, उसके बाद जी हमारे मामा जी के बेटे हैं बड़े, वो उधर से देख रहे थे, उन्होंने देखा उसी टाइम वो जिस टाइम गिरे हैं उसी टाइम वो उधर से भागे हैं, 2.5-3 किले से भाग के वो आए हैं, उन्होंने छलांग लगाई है, छलांग लगा कर और उनको बाहर निकालने की कोशिश की है जी, तो उन्होंने उनको बाहर निकाला, फिर इतने में कुछ और लोग आ गए हैं जी, उन्होंने पकड़ के उनको बाहर निकाला है, लेकिन उनके अंदर पानी चला गया जी, बेसुध थे उस समय। हाँ जी, बेसुध थे। अब डॉक्टर कुछ बता रहे हैं अभी कुछ सुधार है, पहले काफी सीरियस था, पहले सीरियस थे, उनको चोट लगी है सिर में, अब उम्मीद है ठीक हो जाएंगे। हाँ जी, अब डॉक्टर कुछ उम्मीद बता रहे हैं, बता रहे हैं बच्चे भी अच्छा परिवार है, बता रहे हैं बेटा बाहर है, बेटा बाहर, बेटी ने जाना है, बिल्कुल।